ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਆਪਾਂ ਸ਼ਬਦ ਕਰਾਂਗੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਜੀ ਦੀ ਕੰਪੋਜੀਸ਼ਨ ਦੇ ਵਿੱਚ। ਪਾਵਨ ਸ਼ਬਦ ਹੈ, ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ, ਕਿਸ ਪਹਿ ਖੋਲੂੰ ਗੰਠੜੀ ਦੁਖੀ ਭਰ ਆਇਆ। ਮੰਦਰ ਸਪਤਕ ਦੇ ਚੌਥੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ। ਇਹ ਸਵਰ ਛੋਟੇ ਬੱਚਿਆਂ ਲਈ ਅਤੇ ਮੇਰੀਆਂ ਭੈਣਾਂ ਲਈ ਹੈ, ਉਹਨਾਂ ਨੇ ਇੱਥੋਂ ਸ਼ਬਦ ਨੂੰ ਕਰਨਾ ਹੈ। ਕਹਿਰਵੀ ਤਾਲ ਦੇ ਵਿੱਚ ਇਹ ਰੀਤ ਹੈ, ਇਹ ਕੰਪੋਜੀਸ਼ਨ ਹੈ। ਕਹਿਰਵੀ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਇਸ ਵਿੱਚ ਲੱਗਣ ਵਾਲੇ ਸਵਰ ਸਾ ਰੇ ਦੋਨੋਂ ਗਾ, ਗਾ ਕੋਮਲ ਵੀ ਅਤੇ ਗਾ ਸ਼ੁੱਧ ਵੀ, ਮਾ ਪਾ ਧਾ ਨੀ ਕੋਮਲ ਸਾ, ਅੰਤਰਾ ਰੇ ਗਾ ਤੱਕ ਜਾਏਗਾ, ਵਾਪਸੀ 'ਚ ਵੀ ਨੀ ਕੋਮਲ ਅਤੇ ਬਾਕੀ ਸਾਰੇ ਸ਼ੁੱਧ, ਗਾ ਅਤੇ ਨੀ ਕੋਮਲ ਸਵਰ ਲੱਗਣੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਣੇ ਹਨ। ਮੈਂ ਸ਼ੁਰੂ ਵਿੱਚ ਤਬਲੇ ਦੀ ਤਾਲ ਦੇ ਨਾਲ ਸਾਰਾ ਸ਼ਬਦ ਗਾਇਨ ਕਰ ਦੇਵਾਂਗਾ। ਜਿਨ੍ਹਾਂ ਨੇ ਸੁਣ ਕੇ ਸ਼ਬਦ ਕੱਢਣਾ ਹੈ ਉਹ ਸੁਣ ਕੇ ਕੱਢ ਸਕਦਾ ਹੈ, ਜਿਹੜੇ ਸੁਣ ਕੇ ਨਹੀਂ ਕੱਢ ਸਕਦੇ, ਲਾਸਟ ਵਿੱਚ ਜਾ ਕੇ ਮੈਂ ਵੀਡੀਓ ਦੇ ਅਸਥਾਈ ਅਤੇ ਅੰਤਰੇ ਦੀ ਸਰਗਮ ਸਲੋ ਸਲੋ ਵਜਾ ਕੇ ਦੱਸਾਂਗਾ ਅਤੇ ਉਸਦੇ ਉੱਤੇ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਮੈਂ ਸਲੋ ਸਲੋ ਗਾਇਨ ਕਰਕੇ ਦੱਸਾਂਗਾ। ਹੁਣ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਵਾਹਿਗੁਰੂ ਤੁਸੀਂ ਕਿੱਦਾਂ ਬੋਲ ਸਕਦੇ ਹੋ? ਤਬਲੇ ਦੀ ਤਾਲ ਦੇ ਨਾਲ ਸ਼ੁਰੂ ਕਰਦੇ ਹਾਂ। ਮਨ
ਪਰਦੇਸੀ ਸ਼ਬਦ ਗਾਇਨ ਕਰ ਦਿੱਤਾ ਹੈ। ਹੁਣ ਅਸਥਾਈ ਅਤੇ ਅੰਤਰੇ ਦੀ ਸਰਗਮ ਦੇਖੋ ਜੀ। ਮਨ ਪਰਦੇਸੀ ਇੱਥੋਂ ਵੀ ਸ਼ੁਰੂ ਕਰ ਸਕਦੇ। ਮਨ ਪਰਦੇਸੀ ਪਾਸਾ ਸਾ ਸਾ ਸਾ, ਦੇਖੋ ਸ਼ਬਦ। ਮਨ ਪਰਦੇਸੀ ਜੇ ਥੀ ਹੈ ਸਭ ਦੇਸ ਪਰਾਇਆ, ਸਭ ਦੇ ਸ਼ੁਰੂ ਹੋਣੀ ਹੈ। ਕਿਸ ਪਹਿ ਖੋਲੂ ਗੰਠੜੀ, ਇਹ ਸਰਗਮ ਦੇਖੋ। ਸਾ 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 ਨੀ ਸਾ ਨੀ ਧਾ ਧਾ ਪਾ 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 ਨੀ ਧਾ ਸਾ ਨੀ ਰੇ ਸਾ ਸਾ,
ਸ਼ਬਦ ਕਿਸ ਪਹਿ ਖੋਲੂ ਗੰਠ ਲੀ ਲਾਸਟ ਅਕਸ਼ਰ ਨੂੰ ਲਮਕਾਉਣਾ ਹੈ, ਲੰਬਾ ਕਰਨਾ ਹੈ। ਦੂਸਰੀ ਵਾਰੀ ਫਿਰ ਬੋਲਣਾ ਹੈ ਕਿਸ ਪਹਿ ਖੋਲੂ ਗੰਠੜੀ। ਇਹ ਸਰਗਮ ਦੇਖੋ ਪਾਸਾ ਸਾ ਸਾਰੇ ਰੇ ਗਾ ਨੀ ਸਾ ਨੀ ਧਾ ਧਾ ਪਾ ਪਾ। ਸ਼ਬਦ ਦੇਖੋ ਕਿਸ ਪਹਿ ਖੋਲੂ ਗੰਠੜੀ। ਨੈਕਸਟ ਲਾਈਨ ਦੁਖੀ ਭਰ ਆਇਆ ਦੇਖੋ ਸਰਗਮ ਦੁਖੀ ਭਰ ਆਇਆ ਸਰਗਮ ਪਾਣੀ ਤਪ ਮਾ ਗਾ ਮਮ ਗਾ ਗਾ ਰੇ ਰੇ ਸਾਰੇ ਸਾਨੀ। ਦੋਨੋਂ ਗਾ ਯੂਜ਼ ਕਰਨੇ ਹਨ। ਦੇਖੋ ਦੁਖੀ ਭਰ ਆਇਆ ਦੇਸ ਪਰਾਇਆ। ਫਿਰ ਤੇ ਦੇਸ ਪਰਾਇਆ ਤੋਂ ਆ ਜਾਣਾ ਫਿਰ ਵਾਪਸ ਪਹਿਲੀ ਲਾਈਨ ਤੇ ਸਾਈ ਦੀ ਦੇਸ ਪਰਾਇਆ ਤੇ ਪੀਸ ਪਾ ਮਾ ਪਾ ਗਾ ਮਾ ਰੇ ਗਾ ਸਾ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਹੁਣ ਕਰਾਂਗੇ ਅੰਤਰਾ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਵਿਦ ਮੇਰੀਆ। ਦੇਖੋ ਜੀ ਸਰਗਮ ਪਾ ਸਾ ਸਾ ਨੀ ਨੀ ਧਾ ਪਾ ਪਾ ਧਾ ਸਾ 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 ਧਾ ਸਾ ਸਾ ਸਾਰੇ ਸਾਰੇ ਗਾ ਗਾ ਸਾ ਨੀ ਧਾ ਪਾ ਧਾ ਧਾ ਸਾ ਸਾ। ਸ਼ਬਦ ਦੇਖੋ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਵਿਦ ਮੇਰੀਆ। ਇਸ ਤੋਂ ਬਾਅਦ ਨਾਲ ਹੀ ਸਥਾਈ ਤੁਰੀ ਇੱਥੇ ਸ਼ੁਰੂ ਕਰ ਲੈਣੀ ਹੈ ਕਿਸ ਪਹਿ ਖੋਲ ਗੰਠੜੀ। ਅਗਰ ਤੁਸੀਂ ਇਹਨੂੰ ਲਮਕਾਉਣਾ ਚਾਹੁੰਦੇ ਹੋ ਉੱਦਾਂ ਵੀ ਕਰ ਸਕਦੇ ਹੋ ਅਤੇ ਹਾਰਮੋਨੀਅਮ ਖਾਲੀ ਵੀ ਵਜਾ ਸਕਦੇ ਹੋ। ਕਿਸ ਪਹਿ ਖੋਲੂ ਗੰਠੜੀ ਦੁਖੀ ਭਰ ਆਇਆ ਦੇਸ ਪਰਾਇਆ ਮਨ ਪਰਦੇਸੀ ਜੇ ਥੀਏ ਜੇ ਥੀਏ ਸਭ ਦੇਸ ਪਰਾਇਆ ਸਭ ਦੇਸ ਪਰਾਇਆ ਵਾਹਿਗੁਰੂ। ਇਹ ਸ਼ਬਦ ਤੁਹਾਡਾ ਸਾਰਾ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਅਸਥਾਈ ਅਤੇ ਅੰਤਰੇ ਦੀ ਸਰਗਮ ਵੀ ਦੱਸ ਦਿੱਤੀ ਗਈ ਹੈ, ਉਸਦੇ ਉੱਤੇ ਸ਼ਬਦ ਲਗਾ ਕੇ ਵੀ ਦੱਸਿਆ ਹੈ। ਇਹੀ ਜਿਹੜੀ ਅੰਤਰੇ ਦੀ ਸਰਗਮ ਦੱਸੀ ਹੈ, ਬਾਕੀ ਦੇ ਅੰਤਰੇ ਵੀ ਇਹੀ ਸਰਗਮ 'ਤੇ ਆਉਣੇ ਹਨ।
ਤੁਸੀਂ ਕੱਢ ਲੈਣੇ ਹਨ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ, ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਨਾਲ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।